ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਆਪਣੇ ਕੌਰ ਸੰਧੂ ਬੁਟੀਕ 'ਤੇ ਜਿਹੜੇ ਸੂਟ ਰੈਡੀ ਹੋਏ ਆ, ਹੈ ਨਾ, ਉਹ ਵਾਲੇ ਸੂਟ ਜਿਹੜੇ ਮੈਂ ਦੇਣੇ ਆ ਕੱਲ੍ਹ ਨੂੰ, ਉਹ ਸੂਟ ਅਸੀਂ ਹੁਣ ਵੀਡੀਓ ਦੇ ਰਹੇ ਹਾਂ ਤੁਹਾਨੂੰ ਵੀ ਕਿੱਦਾਂ ਆਪਾਂ ਡਿਜ਼ਾਇਨਿੰਗ ਕੀਤੇ ਨੇ ਸੂਟ, ਹੈ ਨਾ, ਜਿੱਦਾਂ ਕੋਟਨ ਦੇ ਸੂਟਾਂ 'ਤੇ ਜਿੱਦਾਂ ਮਰਜ਼ੀ ਤੁਸੀਂ ਕਿਹੜੇ ਹਿਸਾਬ ਕਿਤਾਬ ਨਾਲ ਬਣਾ ਸਕਦੇ ਹੋ। ਵਿੱਚ ਹਲਕੇ ਜਿਹੜੇ ਹੈਗੇ ਕੋਟਨ ਦੇ ਸੂਟ ਨੇ, ਲਾਈਨਿੰਗ ਵਾਲੇ ਤਾਂ ਘੱਟ ਹੀ ਨੇ, ਜ਼ਿਆਦਾਤਰ ਕੋਟਨ ਦੇ ਹੈਗੇ ਆ। ਅਤੇ ਤੁਸੀਂ ਉਹ ਸੂਟਾਂ ਨੂੰ ਕਿਵੇਂ ਆਪਦਿਆਂ ਨੂੰ ਡਿਜ਼ਾਇਨ ਕਰ ਸਕਦੇ ਹੋ, ਸਾਡੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਂ 'ਤੇ ਸਾਡੀ ਇੰਸਟਾਗ੍ਰਾਮ ਆਈਡੀ ਹੈ ਜੀ। ਅਤੇ ਆ ਜਾਓ, ਆਪਾਂ ਦਿਖਾਉਂਦੇ ਹਾਂ ਤੁਹਾਨੂੰ ਸੂਟ। ਲਓ ਜੀ, ਆਪਣਾ ਫਸਟ ਸੂਟ ਹੈਗਾ, ਦੇਖੋ, ਫੈਬਰਿਕ ਕੋਟਨ ਦਾ ਸੂਟ ਹੈਗਾ, ਸਿੰਪਲ ਜਿਹਾ। ਆਪਣੇ ਥੋੜ੍ਹੇ ਜਿਹੇ ਜਿਹੜੇ ਹੈਗੇ ਨੇ ਬੁਟੀਕ ਸਟਾਈਲ ਸੂਟ ਬਣਾਏ ਹੁੰਦੇ ਆ ਜੀ। ਅਤੇ ਇਹ ਹੈਗਾ ਉਹਦੀ ਕਮੀਜ਼ ਕੋਟਨ ਦੀ, ਇਹਦੇ 'ਤੇ ਵੈਸੇ ਤਾਂ ਸਿੰਪਲ ਰੱਖੇ ਆ ਸੂਟ ਆਪਾਂ ਨੇ। ਇਹਦੇ ਆਪਣੇ ਚਾਕਾਂ ਦੇ ਉੱਤੇ ਯੈਲੋ ਕਲਰ ਦਾ ਸੂਟ ਹੈ, ਰੈੱਡ ਕਲਰ ਦੇ ਵਿੱਚ ਜਿਹੜੇ ਹੈਗੇ ਫੁੱਲ ਹੈਗੇ ਆ, ਆਪਾਂ ਨੇ ਇਹਦੇ ਉੱਤੇ ਰੈੱਡ ਕਲਰ ਦੀ ਪਾਈਪਿੰਨ ਲਾਈ ਹੈ। ਦੇਖੋ ਜਿਹੜੀ ਹੈਗੀ ਅੰਡਰਗਰਾਊਂਡ ਵਾਲੀ ਪਾਈਪਿੰਨ ਲਗਾਈ ਹੋਈ ਹੈ ਆਪਾਂ ਨੇ, ਇਹ ਵਾਲੀ। ਆਹ ਦੇਖੋ, ਇਹਦੀ ਬਾਹਰ ਵੀ ਅੰਦਰ ਵੀ ਬਹੁਤ ਵਧੀਆ ਫਿਨਿਸ਼ਿੰਗ ਹੁੰਦੀ ਹੈ। ਆਹ ਦੇਖੋ, ਇਹ ਵਾਲੀ ਆਪਾਂ ਨੇ ਪਾਈਪਿੰਨ ਲਾਈ ਹੈ। ਬਾਕੀ ਆਪਾਂ ਨੇ ਮੂਰੀ 'ਤੇ ਲਾਈ ਹੈ ਜੀ, ਬਾਂਹ ਦੀ ਮੂਰੀ 'ਤੇ ਪਾਈਪਿੰਨ ਲਾਈ ਹੈ। ਨਾਲ ਹੀ ਆਪਾਂ ਨੇ ਜਿਹੜਾ ਹੈਗਾ ਸਲਵਾਰ ਦੀ ਮੂਰੀ 'ਤੇ ਵੀ ਪਾਈਪਿੰਨ ਦਿੱਤੀ ਹੈ, ਜਿੱਦਾਂ ਕਿ ਅੱਜ ਕੱਲ੍ਹ ਟਰੈਂਡ ਦੇ ਵਿੱਚ ਚੱਲ ਰਿਹਾ, ਹੈ ਨਾ, ਸਲਵਾਰ ਦੀ ਮੂਰੀ 'ਤੇ ਵੀ ਲੈਸਿਜ ਲਾ ਕੇ ਬਣਾ ਰਹੀਆਂ ਨੇ ਮੇਰੇ ਭੈਣਾਂ। ਕਿਉਂਕਿ ਥੋੜ੍ਹਾ ਜਿਹਾ, ਹੈ ਨਾ, ਜਦੋਂ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੁੰਦੇ ਹਾਂ, ਜ਼ਿਆਦਾ ਪਤਾ ਲੱਗਦਾ ਰਹਿੰਦਾ ਜਦੋਂ ਆਪਾਂ ਕੋਈ ਵੀ ਵੀਡੀਓ ਵਗੈਰਾ। ਇਹ ਨਹੀਂ ਕਹਿੰਦੇ ਆਪਾਂ ਹੀ ਵੱਡੇ ਹਾਂ, ਆਪਣੇ ਤੋਂ ਵੱਡੇ ਬਹੁਤ ਵਧੀਆ ਬੁਟੀਕ ਹੈਗੇ ਆ। ਅਤੇ ਆਪਾਂ ਸਾਰਿਆਂ ਨੂੰ ਇਹ ਨਹੀਂ ਹੁੰਦਾ ਵੀ ਆਪਾਂ ਨੇ ਕੰਮ ਸਿੱਖਣਾ ਨਹੀਂ, ਹੈ ਨਾ, ਆਪਾਂ ਕਿਸੇ ਤੋਂ ਸਿੱਖ ਵੀ ਸਕਦੇ ਹਾਂ ਅਤੇ ਸਿਖਾ ਵੀ ਸਕਦੇ ਹਾਂ। ਅਤੇ ਇੱਕ ਇਹਨਾਂ ਦਾ ਇਹ ਵਾਲਾ ਸੂਟ ਹੈ, ਇੱਕ ਇਹ ਜਿਹੜਾ ਹੈਗਾ ਇਹ ਵੀ ਸਿੰਪਲ ਹੈ ਜੀ। ਇਹਨੂੰ ਵੀ ਆਪਾਂ ਨੇ ਥੋੜ੍ਹਾ ਜਿਹਾ ਡਿਜ਼ਾਇਨਿੰਗ ਕੀਤਾ ਸੂਟ ਨੂੰ। ਆਹ ਦੇਖੋ, ਜਿੱਦਾਂ ਕਿ ਖਾਦੀ ਕੋਟਨ ਦਾ ਸੂਟ ਹੈ, ਇਹ ਆਪਣੇ ਕੋਲ ਸੇਲ ਹੋਇਆ ਹੋਇਆ ਦੁਕਾਨ 'ਤੇ। ਗਲਾ ਆਪਾਂ ਨੇ ਬੀ ਸ਼ੇਪ 'ਚ ਦਿੱਤਾ ਇਹਦਾ, ਦੇਖੋ ਬੀ ਸ਼ੇਪ ਗਲਾ ਦਿੱਤਾ ਹੋਇਆ। ਇਹ ਵਾਲੀ ਮੈਂ ਉੱਤੇ ਲੇਸ ਲਗਾਤੀ ਅਤੇ ਇਹਦੇ ਘੇਰੇ 'ਤੇ ਵਰਕ ਹੈਗਾ ਸੀਗਾ। ਅਤੇ ਬਾਕੀ ਆਪਾਂ ਨੇ ਬਾਜੂ 'ਤੇ ਵੀ ਇਹ ਵਾਲੀ ਨੀਚੇ ਜਿਹੜੀ ਹੈਗੀ ਪਾਈਪਿੰਨ ਕੱਢ ਕੇ ਮਲਟੀ ਕਲਰ ਦੀ ਲੈਸ ਸੀਗੀ ਆਪਣੇ ਕੋਲ, ਮਲਟੀ ਕਲਰ ਦੀ, ਜਿੱਦਾਂ ਇਹਦੇ ਵਰਕ ਦੇ ਵਿੱਚ ਵੀ ਸੀਗਾ ਡਿਜ਼ਾਇਨ ਅਤੇ ਕਲਰ ਵਗੈਰਾ ਉੱਦਾਂ ਦੇ ਹੀ ਆਪਾਂ ਨੇ ਮਲਟੀ ਕਲਰ ਦੀ ਨੀ ਮੂਹਰੇ ਪਾਈਪਿੰਨ ਦਿੱਤੀ ਹੈ ਬਾਜੂ 'ਤੇ, ਪਿੱਛੇ ਆਪਾਂ ਨੇ ਲੇਸ ਲਗਾਈ ਹੈ। ਇਹਦੇ ਵਿੱਚ ਲਾਈਨਿੰਗ ਲਾਈ ਹੈ ਅਸੀਂ, ਕਿਉਂਕਿ ਹੈਗਾ ਤਾਂ ਕੋਟਨ ਦਾ ਸੂਟ ਹੈ ਜੀ, ਥੋੜ੍ਹਾ ਜਿਹਾ ਅਸੀਂ ਲਾਈਨਿੰਗ ਲਾ ਕੇ ਬਣਾਇਆ ਇਹ। ਮੈਨੂੰ ਲੱਗਦਾ ਸੀਗਾ ਵੀ ਲਾਈਨਿੰਗ ਵਾਲਾ ਕੱਪੜਾ, ਲਾਈਨਿੰਗ ਲੱਗਣੀ ਚਾਹੀਦੀ ਹੈ। ਇਕੱਲੇ ਆਪਾਂ ਨੇ ਜਿਹੜੇ ਹੈਗੇ ਸਲਵਾਰ ਦੇ ਪੱਟਾਂ ਵਿੱਚ ਲਾਈਨਿੰਗ ਲਾਈ ਹੈ। ਇਹ ਦੇਖੋ, ਇਹ ਵਾਲੀ ਆਪਣੇ ਇਹਦੀ ਸਲਵਾਰ ਤਿਆਰ ਕਰੀਏ। ਦੇਖੋ, ਸਿੰਪਲ ਜਿਹੇ ਸੂਟ ਨੂੰ ਆਪਾਂ ਜਿੰਨਾ ਮਰਜ਼ੀ ਵਧੀਆ ਡਿਜ਼ਾਇਨ ਕਰ ਸਕਦੇ ਹਾਂ। ਬਾਕੀ ਜਿਹੜੀ ਇਹਦੀ ਮੂਰੀ ਹੈ ਜੀ, ਆਪਾਂ ਨੇ ਦੇਖੋ ਥੋੜ੍ਹਾ ਜਿਹਾ ਇੱਦਾਂ ਮੂਰੀ 'ਤੇ ਡਿਜ਼ਾਇਨ ਕੀਤਾ ਹੋਇਆ। ਆਹ ਦੇਖੋ, ਇਹ ਅਸੀਂ ਕਟਾਮ ਲਾ ਕੇ ਬਾਹਰ ਨੂੰ ਪਲਟਾਈ ਹੋਈ ਹੈ, ਜਿੱਦਾਂ ਕਿ ਮੂਹਰੀ ਆਪਾਂ ਅੰਦਰ ਨੂੰ ਪਲਟਾਉਣੇ ਹੈ, ਬਾਹਰ ਨੂੰ ਪਲਟਾ ਕੇ ਇੱਥੇ ਆਪਾਂ ਨੇ ਇਹਦੀ ਪਾਈਪਿੰਨ ਕੱਢੀ ਹੈਗੀ, ਜਿੱਦਾਂ ਕਿ ਬਾਂਹ 'ਤੇ ਕੱਢੀ ਹੈ। ਨੀਚੇ ਆਪਾਂ ਨੇ ਇਹ ਵਾਲੀ ਲੇਸ ਦਿੱਤੀ ਹੈ, ਦੇਖੋ ਬਹੁਤ ਸੋਹਣੀ ਮੂਹਰੀ ਲੱਗਦੀ ਹੈ, ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ। ਸੂਟ ਜਿੱਦਾਂ ਆਪਣੇ ਹਲਕੇ ਸੂਟ ਨੇ, ਹੈ ਨਾ, ਇਹਨਾਂ ਨੂੰ ਆਪਾਂ ਡੈਕੋਰੇਟ ਕਰ ਸਕਦੇ ਹਾਂ। ਅਤੇ ਇਹ ਵਾਲੇ ਉਹਨਾਂ ਦੇ ਦੋ ਸੂਟ ਉਹਨਾਂ ਦੇ ਬਿਲਕੁਲ ਸਿੰਪਲ ਨੇ, ਇਹ ਬਿਲਕੁਲ ਸਿੰਪਲ ਬਣਾਏ ਹੋਏ ਆ, ਜਿੱਦਾਂ ਕੋਟਨ ਦੇ ਸੂਟ ਆ, ਹੈ ਨਾ, ਇਹ ਉਹਨਾਂ ਦੇ ਸਿੰਪਲ ਸੂਟ ਹੈ। 4 ਸੂਟ ਇੱਕ ਮੇਰੀ ਭੈਣ ਦੇ ਆ, ਜਿਹੜੇ ਜਾਣੇ ਆ ਆਪਾਂ ਨੇ ਦੇਣੇ ਆ। ਅਤੇ ਬਾਕੀ ਆਪਣੇ ਇਹ ਵਾਲਾ, ਇਹ ਬਿਲਕੁਲ ਸਿੰਪਲ ਸੂਟ ਹੈ ਜੀ, ਇਹ 'ਤੇ ਕੋਈ ਪਾਈਪਿੰਨ ਵਗੈਰਾ ਨਹੀਂ ਹੈਗਾ, ਕੈਮਰਿਕ ਕੋਟਨ ਦਾ ਬਿਲਕੁਲ ਸੂਤੀ ਸੂਟ ਸਿੰਪਲ ਬਣਾਇਆ ਹੋਇਆ, ਇਹ ਵੀ ਆਪਾਂ ਨੇ ਦੇਣਾ ਆ। ਇਹ ਜਿਹੜੀਆਂ 3 ਸਲਵਾਰਾਂ ਬਣਾਈਆਂ ਨੇ, ਇਹਨਾਂ ਦੇ ਕਮੀਜ਼ ਅਜੇ ਤਰਪਾਈ ਹੋ ਕੇ ਨਹੀਂ ਆਏ।
ਇਹ ਸਲਵਾਰ ਮੈਂ ਪਾਕਿਸਤਾਨੀ ਸਲਵਾਰ ਬਣਾਈ ਹੈ, ਉਹ ਦੇਖੋ ਬਿਨਾਂ ਪੱਟਾਂ ਤੋਂ ਜਿਹੜੀ ਹੈਗੀ ਸਲਵਾਰ ਬਣਾਈ ਹੋਈ ਹੈ, ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ। ਇਹਦਾ ਵੀ ਕਮੀਜ਼ ਹਜੇ ਤਰਪਾਈ ਹੋ ਕੇ ਨਹੀਂ ਆਏ ਹੈਗੇ ਇਹਨਾਂ ਦੇ ਕਮੀਜ਼, ਅਤੇ ਉਹ ਆਪਾਂ ਕਿਸੇ ਭੈਣ ਨੂੰ ਘਰ ਦਿੰਦੇ ਹੁੰਦੇ ਹਾਂ ਤਰਪਾਈ ਕਰਨ ਨੂੰ, ਉਹ ਦੇ ਕੇ ਨਹੀਂ ਗਏ। ਤਿੰਨ ਸਲਵਾਰਾਂ ਰੈਡੀ ਨੇ, ਉਹ ਦੇ ਜਾਣਗੇ ਅੱਜ ਕੱਲ੍ਹ ਨੂੰ ਦੇਣੇ ਆ। ਬਾਕੀ ਆਪਾਂ ਨੇ ਇਹ ਵਾਲੇ ਸੂਟ ਦੋ ਦੇਖੋ ਜੀ, ਇਹ ਸੂਟ ਤੁਸੀਂ ਦੇਖੇ ਹੋਣੇ ਆ ਆਪਣੀ ਸ਼ੋਪ ਤੋਂ ਹੀ ਜਿਹੜੇ ਹੈਗੇ ਸੇਲ ਹੋਏ ਆ। ਇਹ ਮੈਂ ਤੁਹਾਨੂੰ ਇਹਨਾਂ ਦੇ ਦੁਪੱਟੇ ਵੀ ਦਿਖਾਊਂ, ਜਿੱਦਾਂ ਕਿ ਬੁਟੀਕ ਸਟਾਈਲ ਸੂਟ ਸੀਗੇ, ਬਹੁਤ ਜ਼ਿਆਦਾ ਸੋਹਣੇ ਸੂਟ ਸੀਗੇ। ਆ ਦੇਖੋ ਇਹ ਵਾਲਾ ਸੂਟ ਸੀਗਾ, ਇਹ ਵਰਕ ਹੋਇਆ ਹੋਇਆ ਸੀਗਾ ਇਹਦੇ ਉੱਤੇ, ਇਹ ਅਸੀਂ ਆਪ ਖੁਦ ਦੇ ਸਾਡੇ ਬੁਟੀਕ ਦੇ ਤਿਆਰ ਕਰਵਾਏ ਹੋਏ ਸੂਟ ਨੇ ਜੀ। ਆ ਦੇਖੋ ਇੱਦਾਂ ਇਹ 'ਤੇ ਵਰਕ ਹੋਇਆ ਸੀਗਾ, ਅਤੇ ਜਦੋਂ ਮੈਨੂੰ ਐਂ ਲੱਗਿਆ ਕਿ ਆਪਾਂ ਨੂੰ ਥੋੜ੍ਹੇ ਜਿਹੇ ਤਿਆਰ ਕਰਨੇ ਚਾਹੀਦੇ ਨੇ, ਦੇਖੋ ਆਪਾਂ ਨੇ ਇਹ ਵਾਲੀ ਅੰਦਰ ਦੀ ਉਹ ਪਾਈਪਿੰਨ ਕੱਢਤੀ, ਲੇਸ ਦੀ ਪਾਈਪਿੰਨ ਟਾਈਪ ਹੀ ਕੱਢੀ ਹੈਗੀ, ਸਾਰੇ ਘੁਮਾਤੀ ਜੀ ਆਪਾਂ ਨੇ ਚਾਰ ਸਪੇਰੇ ਘੇਰੇ 'ਤੇ। ਦੇਖੋ ਸਾਰਾ ਸੂਟ ਦੇਖੋ ਇੱਦਾਂ ਆਪਾਂ ਨੇ, ਕਿਉਂਕਿ ਬਾਜੂ 'ਤੇ ਵਰਕ ਨਹੀਂ ਸੀਗਾ, ਨਾਲੇ ਆਪਾਂ ਨੇ ਬਾਜੂ 'ਤੇ ਕਰਤੀ, ਆ ਦੇਖੋ ਨਾਲੇ ਬਾਂਹ 'ਤੇ ਕਰਤੀ, ਪਾਕਿਸਤਾਨੀ ਇਹਦੀ ਬਾਂਹ ਕਰੀ ਹੈ, ਪਾਕਿਸਤਾਨੀ ਬਾਂਹ ਕਰੀ ਹੈ, ਕਿਉਂਕਿ ਹੈਗਾ ਕੋਟਨ ਦਾ ਸੂਟ ਹੈ ਜੀ, ਅਤੇ ਸਿੰਪਲ ਜਿਹਾ ਕਢਾਈ ਜਿੱਦਾਂ ਸਿੰਪਲ ਜਿਹੇ ਹਿਸਾਬ ਨਾਲ। ਦੇਖੋ ਗਲੇ 'ਤੇ ਵੀ ਵਰਕ ਹੋਇਆ ਹੋਇਆ ਸੀਗਾ, ਬਹੁਤ ਸੋਹਣਾ। ਇਹ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖੇ ਹੋਣਗੇ, ਆਪਣੀ ਸ਼ੋਪ ਤੋਂ ਹੀ ਸੇਲ ਹੋਏ ਹੋਏ ਨੇ, ਸਾਡੇ ਖੁਦ ਦੇ ਤਿਆਰ ਕਰਵਾਏ ਸੂਟ ਨੇ, ਇਹ ਕੋਈ ਆਪਣੇ ਇੱਦਾਂ ਲੈਤੇ ਨਹੀਂ ਹੋਏ, ਇਹ ਅਸੀਂ ਤਿਆਰ ਕਰਵਾਏ ਨੇ। ਦੇਖੋ ਇਹਦੀ ਜਿਹੜੀ ਹੈਗੀ ਇਹਦੀ ਮੋਰੀਆਂ 'ਤੇ ਵੀ ਵਰਕ ਸੀਗਾ, ਇਹਦੇ ਨਾਲ ਇਹ ਵਾਲੀ, ਇਹਦੇ ਨਾਲ ਇਹ ਕਲਰ ਦੀ ਸਲਵਾਰ ਲੱਗੀ ਹੋਈ ਤੀ, ਨੀਚੇ ਅਸੀਂ ਦੇਖੋ ਜਿੱਦਾਂ ਲੇਸ ਜੀ ਦਿੱਤੀ ਹੈ, ਮੂਰੀ 'ਤੇ ਵੀ ਅਸੀਂ ਸੇਮ ਲੇਸ ਜੀ ਦਿੱਤੀ ਹੈ। ਇਹਦੇ ਨਾਲ ਇਹ ਦੋ ਸੂਟ ਆਪਣੇ ਸੇਲ ਹੋਏ ਸੀਗੇ, ਇੱਕ ਇਹਦੇ ਨਾਲ ਦਾ ਇਹ ਸੂਟ ਹੈ, ਇੱਕ ਹੈਗਾ ਇਹ ਸੂਟ। ਇਹ ਕੱਪੜਾ ਮੈਨੂੰ ਲਾਈਟ ਕਲਰ ਕਰਕੇ ਥੋੜ੍ਹਾ ਜਿਹਾ ਫਿੱਕਾ ਪਤਲਾ ਲੱਗਿਆ ਜੀ, ਫਿੱਕੇ ਕਲਰ ਕਰਕੇ ਇਹਦੇ ਵਿੱਚ ਆਪਾਂ ਨੇ ਜਿਹੜੀ ਹੈਗੀ ਲਾਈਨਿੰਗ ਲਾਤੀ, ਇਹਦੇ ਵਿੱਚ ਆਪਾਂ ਨੇ ਲਾਈਨਿੰਗ ਲਾਤੀ, ਹਲਕੀ ਜਿਹੀ ਲਾਈਨਿੰਗ ਲਾਈ ਹੈ ਕਿਉਂਕਿ ਫਿਰ ਜ਼ਿਆਦਾ ਪਤਲਾ ਜਿਹਾ ਲੱਗਦਾ। ਆ ਦੇਖੋ ਇਹਦੇ 'ਤੇ ਆਪਾਂ ਨੇ ਜਿਹੜੀ ਲੇਸ ਦਾ ਡਿਜ਼ਾਇਨ ਕੱਢਿਆ, ਦੇਖੋ ਮਲਟੀ ਕਲਰ ਦੀ ਦਾ ਕੱਢਿਆ, ਕਿਉਂਕਿ ਆਪਾਂ ਨੂੰ ਵਰਕ ਦੇ ਨਾਲ ਮਿਲਣੀ ਚਾਹੀਦੀ ਹੈ ਲੈਸ। ਇਹਦੇ 'ਤੇ ਜਿਹੜਾ ਹੈਗਾ ਚਿੱਟਾ ਹੀ ਸੋਹਣਾ ਲੱਗਦਾ ਸੀਗਾ, ਵਾਈਟ ਕਲਰ ਦੀ ਉਹ ਸੋਹਣੀ ਲੱਗਦੀ ਸੀਗੀ ਲੈਸ, ਇਹਦੇ 'ਤੇ ਮੈਂ ਮਲਟੀ ਕੱਢੀ ਹੈ। ਆ ਦੇਖੋ ਮਲਟੀ ਲੈਸ ਜੇ ਨਾਲ ਡਿਜ਼ਾਇਨ ਦਿੱਤਾ, ਇਹਦੇ ਵੀ ਆਪਾਂ ਨੇ ਸਾਰਾ ਘੇਰਾ ਘੁਮਾਇਆ, ਘੇਰਾ ਵੀ ਘੁਮਾਇਆ ਅਤੇ ਬਾਜੂ 'ਤੇ ਵੀ, ਬਾਜੂ ਇਹਦੀ ਵੀ ਪਾਕਿਸਤਾਨੀ ਰੱਖੀ ਹੈ। ਬਾਜੂ ਦੇ ਵਿੱਚ ਜਿਹੜੀ ਹੈਗੀ ਮੈਂ ਲਾਈਨਿੰਗ ਨਹੀਂ ਲਾਈ ਕਿਉਂਕਿ ਇਹ ਕੋਟਨ ਦੇ ਸੂਟ ਹੈਗੇ ਆ ਜੀ, ਇਹਦੇ ਨਾਲ ਇਹ ਵਾਲੀ ਸਲਵਾਰ ਹੈ, ਨਾਲ ਦੇ ਜਿਹੜੇ ਹੈਗੇ ਦੁਪੱਟੇ ਹੈਗੇ ਆ ਵਰਕ ਹੋਏ ਹੋਏ, ਇਹ ਸਾਡੇ ਬੁਟੀਕ ਤੋਂ ਅਸੀਂ ਤਿਆਰ ਕਰਵਾਏ ਨੇ ਸੂਟ, ਬਹੁਤ ਜ਼ਿਆਦਾ ਸੇਲ ਹੋਏ ਆ ਇਹ ਵਾਲੇ ਸੂਟ। ਇਹਦੇ ਆਪਾਂ ਨੇ ਮੂਰੀ 'ਤੇ ਵੀ ਦੇਖੋ ਇੱਦਾਂ ਸੇਮ ਲੇਸ ਕੱਢੀ ਹੈ, ਪਾਈਪਿੰਨ ਕੱਢੀ ਹੈ ਲੈਸ ਦੀ। ਇਹ ਆਪਾਂ ਤੁਸੀਂ ਜਿੱਦਾਂ ਮਰਜ਼ੀ, ਜਿਹੜੀਆਂ ਮੇਰੇ ਭੈਣਾਂ ਘਰ ਸਿਲਾਈ ਵਗੈਰਾ ਕਰਦੀਆਂ ਨੇ, ਹੈ ਨਾ, ਇੱਦਾਂ ਤੁਸੀਂ ਹਲਕੇ ਸੂਟਾਂ ਨੂੰ ਡਿਜ਼ਾਇਨ ਕਰਕੇ ਪਾ ਸਕਦੇ ਹੋ, ਉਹਦੇ ਨਾਲ ਹੀ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਸੂਟ ਬਣੇ ਹੋਏ। ਮੈਂ ਇਹਦੇ ਦੁਪੱਟੇ ਵੀ ਦਿਖਾਉਣੀ ਆ ਤੁਹਾਨੂੰ, ਆਹ ਦੇਖੋ ਜੀ ਇਹਦਾ ਜਿਹੜਾ ਹੈਗਾ ਦੁਪੱਟਾ ਇਹ ਵਾਲਾ, ਇੱਕ ਸੂਟ ਮੈਂ ਉਸ ਦਿਨ ਵੀਡੀਓ 'ਚ ਖੋਲ੍ਹ ਕੇ ਵੀ ਦਿਖਾਇਆ, ਸਾਰੇ ਨਹੀਂ ਦਿਖਾਏ ਸੀਗੇ, ਇਹਦੇ ਨਾਲ ਫੁੱਲ ਪਿਓਰ ਦੇ ਜਿਹੜੇ ਹੈਗੇ ਦੁਪੱਟੇ ਸੀਗੇ, ਸਾਰੇ ਆਲੇ ਦੁਆਲੇ ਕਟਾਮ ਕਰੇ ਹੋਏ ਸੀਗੇ, ਵਿੱਚ ਜਿਹੜੇ ਹੈਗੇ ਫਲਾਵਰ ਸੀਗੇ ਦੁਪੱਟੇ ਦੇ ਵਿੱਚ। ਆ ਦੇਖੋ ਇਹਦੇ ਨਾਲ ਦਾ ਦੁਪੱਟਾ ਵੀ, ਇਹਦੇ ਵਾਲਾ ਦੁਪੱਟਾ ਅਤੇ ਕਲਰ ਕੰਟਰਾਸਟ ਬਹੁਤ ਸੋਹਣੇ ਸੀਗੇ। ਆ ਦੇਖੋ ਇਹ ਇਹਦਾ ਦੁਪੱਟਾ ਸੀਗਾ ਸਲਵਾਰ ਨਾਲ ਦਾ, ਇੱਦਾਂ ਹੀ ਸੀਗੇ ਇਹ ਵਾਲੇ ਸੂਟ, ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਬਣੇ ਹੋਏ, ਅਤੇ ਇਹਨਾਂ ਦੀ ਆਪਾਂ ਤਹਿ ਲਗਾ ਦਾਂਗੇ ਪ੍ਰੈੱਸ ਕਰੀ ਹੋਈ ਹੈ। ਅਗਲੇ ਸੂਟ ਹੈਗੇ ਨੇ ਜੀ ਆਪਣੇ, ਇਹ ਦੇਖੋ ਇਹ ਵਾਲਾ, ਇਹਨੂੰ ਵੀ ਆਪਾਂ ਕੋਟਨ ਦਾ ਸੂਟ ਹੈ, ਹਲਕਾ ਜਿਹਾ ਡਿਜ਼ਾਇਨਿੰਗ ਇਹਨੂੰ ਵੀ ਕੀਤਾ ਆਪਾਂ ਨੇ। ਆ ਦੇਖੋ ਇਹਦੀ ਸਲਵਾਰ 'ਤੇ ਕੁਛ ਨਹੀਂ ਕੀਤਾ ਆਪਾਂ, ਸਿੰਪਲ ਰੱਖੀ ਆ ਸਲਵਾਰ, ਕਮੀਜ਼ 'ਤੇ ਜਿਹੜੀ ਹੈਗੀ ਦੇਖੋ
ਗਲੇ ਤੇ ਆਪਾਂ ਇਸ ਤਰ੍ਹਾਂ ਪੱਟੀ ਲਾ ਕੇ, ਟਾਈ ਪੱਟੀ ਲਾ ਕੇ, ਗਲਾ ਜਿੱਦਾਂ ਬਾਹਰ ਨੂੰ ਫੋਲਡ ਕਰਕੇ ਪਾਈਪਿੰਨ ਕੱਢੀ ਹੈ, ਆਹ ਦੇਖੋ ਲੇਸ ਦੀ ਹੀ ਪਾਈਪਿੰਨ ਕੱਢੀ ਹੈ। ਜਿੱਦਾਂ ਇਹਦੇ ਵਿੱਚ ਕਰੀਮ ਕਲਰ ਸੀਗਾ ਉਹਦੇ 'ਤੇ ਆਪਾਂ ਨੇ ਵਾਈਟ ਲਾਈ, ਇਹਦੇ ਵਿੱਚ ਕਰੀਮ ਦਾ ਕੱਢਿਆ, ਇਹਦੇ ਵੀ ਆਪਾਂ ਨੇ ਆਲੇ ਦੁਆਲੇ ਘੁਮਾਈ ਹੈ। ਦੇਖੋ ਹੁਣ ਜਿਹੜਾ ਹੈਗਾ ਘੇਰੇ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ, ਜਿਵੇਂ ਪਿਛਲੀ ਵਾਰੀ ਪਾਈਪਿੰਨ ਕੱਢਦੇ ਸੀਗੇ ਚਾਕਾਂ ਦੇ ਉੱਪਰ, ਕੋਟਨ ਦੇ ਸੂਟਾਂ 'ਤੇ ਘੇਰਾ ਕੱਢਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ, ਜਿੱਦਾਂ ਕਿ ਹੌਲੇ ਜਿਹੇ ਸੂਟ ਹੁੰਦੇ ਆ ਹੈ ਨਾ ਕੋਟਨ ਦੇ, ਉਹ ਚਾਕ ਜਿਹੇ ਮੁੜੀ ਜਾਂਦੇ ਨੇ, ਇਹ ਲੇਸ ਨਾਲ ਇੰਨਾ ਕੁ ਫਰਕ ਪੈ ਜਾਂਦਾ, ਥੋੜ੍ਹਾ ਖੜ ਜਾਂਦਾ ਕਮੀਜ਼, ਚਾਕ ਫਿਰ ਮੁੜਦਾ ਜਿਹਾ ਨਹੀਂ ਹੈਗਾ। ਇਹਦੀ ਵੀ ਆਪਾਂ ਨੇ ਬਾਜੂ ਪਾਕਿਸਤਾਨੀ ਰੱਖੀ ਹੈ, ਬਾਜੂ 'ਤੇ ਵੀ ਲੇਸ ਲਾਈ ਹੈ, ਇਹ ਬਿਲਕੁਲ ਆਹ ਦੇਖੋ ਨੀਚੇ ਆਪਣੇ ਵਿੱਚ 3 ਬਟਨ ਲਾਏ ਨੇ, ਗਲਾ ਬਹੁਤ ਜ਼ਿਆਦਾ ਸੋਹਣਾ ਲੱਗਦਾ, ਸਿੰਪਲ ਜਿਹਾ ਸੂਟ ਹੈ ਨਾਲੇ। ਬਾਕੀ ਉਹਨਾਂ ਦਾ ਇੱਕ ਵਾਲਾ, ਇੱਕ ਇਹ ਵਾਲਾ ਸੂਟ ਹੈ ਜੀ, ਇਹ ਜਿਹੜਾ ਸਿੰਪਲ ਹੈ ਬਿਲਕੁਲ ਸਿੰਪਲ ਰੱਖਿਆ, ਜੋਰਜੱਟ ਦਾ ਸੂਟ ਹੈ, ਲਾਈਨਿੰਗ ਵਾਲਾ ਸੂਟ ਹੈਗਾ ਆ, ਇਹਦੇ ਵਿੱਚ ਵੀ ਲਾਈਨਿੰਗ ਲੱਗੀ ਹੈ, ਫੁੱਲ ਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ, ਅਤੇ ਜੋਰਜੱਟ ਦਾ ਸੂਟ ਹੈ। ਜਿੱਦਾਂ ਹੁਣ ਗਰਮੀ ਦੇ ਹਿਸਾਬ ਨਾਲ ਜੋਰਜੱਟ ਦਾ ਸੂਟ ਪੈ ਜਾਣੇ, ਹੁਣ ਗਰਮੀ ਦੇ ਵਿੱਚ ਪੈ ਜਾਂਦਾ ਜੋਰਜੱਟ, ਕਿਉਂਕਿ ਇਹ ਜ਼ਿਆਦਾ ਮੋਟਾ ਨਹੀਂ ਹੁੰਦਾ ਹੈਗਾ, ਜ਼ਿਆਦਾ ਜਿੱਦਾਂ ਪਿਓਰ ਵਗੈਰਾ ਸੂਟ ਨਹੀਂ ਪੈਂਦੇ, ਜੋਰਜੱਟ ਅਤੇ ਮਸਲੀਨ ਜਿਹੜਾ ਹੈਗਾ ਗਰਮੀ ਦੇ ਹਿਸਾਬ ਨਾਲ ਪੈ ਜਾਂਦੇ। ਜਿਹੜੇ ਹੈਗੇ ਆਪਣੇ ਬੁਟੀਕ ਤੋਂ ਬਹੁਤ ਜ਼ਿਆਦਾ ਕੱਪੜੇ ਰੈਡੀ ਹੁੰਦੇ ਆ ਜੀ, ਆਪਾਂ ਕਈ ਵਾਰੀ ਨਾ ਚਾਹ ਕੇ ਵੀ ਕਿਸੇ ਨੂੰ ਨਿਰਾਸ਼ ਤਾਂ ਕਰਦੇ ਨਹੀਂ ਹੈਗੇ, ਕਈ ਵਾਰੀ ਚਲੋ ਹੋ ਜਾਂਦੀ ਹੈ ਗੱਲ, ਜਦੋਂ ਐਟ ਏ ਟਾਈਮ ਕਹਿੰਦੇ ਆ ਸੂਟ ਬਣਾ ਦਿਉ, ਸਾਤੋਂ ਐਟ ਏ ਟਾਈਮ ਨਹੀਂ ਬਣਾਇਆ ਜਾਂਦਾ ਜੀ, ਦਾ ਟਾਈਮ ਜਿਹੜਾ ਹੈਗਾ ਲੈਂਦੇ ਹਾਂ, ਘੱਟ ਤੋਂ ਘੱਟ 10-15 ਦਿਨਾਂ ਦਾ ਟਾਈਮ ਤਾਂ ਅਸੀਂ ਲੈਂਦੇ ਹੀ ਲੈਂਦੇ ਹਾਂ, ਚਲੋ ਕੋਈ ਜ਼ਿਆਦਾ ਮਜਬੂਰੀ ਹੁੰਦੀ ਹੈ ਕਿਸੇ ਦਾ ਇੱਕ ਅੱਧਾ ਕੱਢਣਾ ਵੀ ਪੈ ਜਾਂਦਾ, ਬਾਕੀ ਹੁਣ ਤਾਂ ਅਸੀਂ ਜਲਦੀ ਵੀ ਦੇ ਦਿੰਦੇ ਹਾਂ, ਆਪਾਂ ਨੇ ਕਾਰੀਗਰ ਵਧਾ ਲਏ ਨੇ, ਕਾਰੀਗਰ ਤਾਂ ਆਪਣੇ ਕੋਲ ਪਹਿਲਾਂ ਵੀ ਸੀਗੇ, ਹੁਣ ਆਪਾਂ ਨੇ ਥੋੜ੍ਹੇ ਜਿਹੇ ਵਧਾ ਲਏ, ਜਿੱਦਾਂ ਪ੍ਰੈੱਸਾਂ ਵਗੈਰਾ ਹੈ ਨਾ ਸਾਰੇ ਕੰਮ ਕਰਵਾਉਣੇ ਆ, ਇਕੱਲੀ ਸ਼ਰਟ ਵਗੈਰਾ ਮੈਂ ਬਣਾਉਣੀ ਆ, ਅਤੇ ਲਾਂਬੇ ਵਾਲਾ ਕੰਮ ਨਹੀਂ ਕਰਦੇ ਜੀ, ਆਪਾਂ ਨੂੰ ਇਹ ਹੁੰਦਾ ਵੀ ਗਾਹਕ ਖੁਸ਼ ਹੋ ਕੇ ਜਾਵੇ, ਇੱਕ ਵਾਰੀ ਕੱਪੜੇ ਬਣਵਾਉਂਦਾ ਤਾਂ ਦੁਬਾਰਾ ਦੁਬਾਰਾ ਆਵੇ, ਪਰਮਾਤਮਾ ਦੀ ਕਿਰਪਾ ਨਾਲ ਹੋਇਆ ਵੀ ਐਵੇਂ ਹੈ ਜੀ, ਜੇ ਕੋਈ ਇੱਕ ਸੂਟ ਬਣਵਾ ਕੇ ਦੇਖ ਕੇ ਚੈੱਕ ਕਰਦਾ ਹੈ ਨਾ, ਤਾਂ ਅਗਲੀ ਵਾਰੀ 10 ਸੂਟ ਭੇਜਦਾ, ਵੀ ਕਦੇ ਐਵੇਂ ਨਹੀਂ ਹੋਇਆ, ਬਿਨਾਂ ਵਿਸ਼ਵਾਸ ਬਣਾਉਣਾ ਬਹੁਤ ਜ਼ਿਆਦਾ ਔਖਾ ਹੈ ਨਾ, ਅਤੇ ਅੱਜ ਤੱਕ ਇਹ ਵੀ ਹੋਇਆ ਵੀ ਮੈਂ ਕਿਸੇ ਤੋਂ ਬਣਵਾ ਕੇ ਵੀ ਨਹੀਂ ਦਿੱਤਾ, ਮੈਂ ਆਪ ਹੀ ਤਿਆਰ ਕਰਦੀ ਹਾਂ ਸ਼ਰਟ, ਮੈਨੂੰ ਇਹ ਹੁੰਦਾ ਵੀ ਅਗਲਾ ਵਿਸ਼ਵਾਸ 'ਤੇ ਦਿੰਦਾ ਹੈ ਨਾ ਕੱਪੜੇ, ਕਿਸੇ ਦਾ ਨੁਕਸ ਨਾ ਨਿਕਲੇ, ਪਰਮਾਤਮਾ ਦੀ ਕਿਰਪਾ ਨਾਲ ਨਾ ਤਾਂ ਕਦੇ ਅੱਜ ਤੱਕ ਨੁਕਸ ਨਿਕਲਿਆ ਜੀ, ਨਾ ਕਿਸੇ ਦਾ ਲਾਂਭਾ ਆਇਆ ਹੈ ਨਾ, ਬਹੁਤ ਵਧੀਆ ਕੰਮ ਵੀ ਬਹੁਤ ਵਧੀਆ ਚੱਲਦਾ, ਇਹ ਨਹੀਂ ਕਹਿੰਦੇ ਆਪਾਂ ਵੀ ਸਾਨੂੰ ਕੰਮ ਦੀ ਲੋੜ ਹੈ ਹੈ ਨਾ, ਚਲੋ ਦੇਣਾ ਗਾਹਕ ਨੇ ਦੇਖ ਕੇ ਦੇਣਾ, ਖੁਸ਼ ਹੋ ਕੇ ਦੇਣਾ, ਪਰਮਾਤਮਾ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਚੱਲਦਾ, ਸ਼ੁਕਰੀਆ ਅਦਾ ਕਰਦੇ ਹਾਂ, ਅਤੇ ਸਾਰੇ ਗਾਹਕਾਂ ਦਾ ਵੀ, ਭੈਣਾਂ ਭਾਈਆਂ ਦਾ ਵੀ, ਕੱਪੜਾ ਬਹੁਤ ਜ਼ਿਆਦਾ ਸੇਲ ਵੀ ਹੋ ਰਿਹਾ, ਸਿਲਾਈ ਨੂੰ ਵੀ ਆ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਿਉਂਕਿ ਆਪਣਾ ਬਹੁਤ ਲੰਬੇ ਸਮੇਂ ਤੋਂ ਜਿਹੜੇ ਹੈਗੇ ਸਿਲਾਈ ਕਰ ਰਹੇ ਹਾਂ, ਵੀ ਲਾਂਬੇ ਵਾਲੀ ਤਾਂ ਚਲੋ ਕੋਈ ਗੱਲ ਵੀ ਨਹੀਂ ਹੈਗੀ। ਚਲੋ ਜੀ, ਬਾਕੀ ਜੇ ਕਿਸੇ ਨੇ ਬਣਵਾਉਣੇ ਵੀ ਹੁੰਦੇ ਨੇ ਹੈ ਨਾ ਕੱਪੜੇ, ਤਾਂ ਪਲੀਜ਼ ਟਾਈਮ ਜ਼ਰੂਰ ਦਿਆ ਕਰੋ, ਅਸੀਂ ਕਿਸੇ ਨੂੰ ਨਹੀਂ ਮੋੜਨਾ ਚਾਹੁੰਦੇ, ਐਂ ਹੁੰਦਾ ਵੀ ਗਾਹਕ ਖੁਸ਼ ਹੋ ਕੇ ਜਾਵੇ, ਕਿਉਂਕਿ ਟਾਈਮ ਜ਼ਰੂਰ ਚਾਹੀਦਾ ਹੈ, ਕਿਉਂਕਿ ਟਾਈਮ ਤੋਂ ਬਿਨਾਂ ਹੈ ਨਾ ਇੱਦਾਂ ਹੁੰਦਾ ਕਿ ਹੋਰ ਨਹੀਂ ਗੱਲ ਹੈਗੀ, ਟਾਈਮ ਨੂੰ ਸੂਟ ਤਾਂ ਆਪਾਂ 2-3 ਘੰਟਿਆਂ 'ਚ ਤਿਆਰ ਕਰ ਦਿੰਦੇ ਹਾਂ, ਕਿਉਂਕਿ ਪਹਿਲਾਂ ਕੱਪੜੇ ਹੁੰਦੇ ਆ ਆਪਣੇ ਕੋਲ ਗਾਹਕਾਂ ਦੇ, ਲਾਈਨ ਮੁਕਾਬਤੀ ਆਪਾਂ ਵਾਰੀ ਮੁਕਾਬਤ ਜਿੱਦਾਂ ਕਿ ਜਿਹੜੀ ਵਾਰੀ ਆਉਂਦੀ ਉਹਦੇ ਹਿਸਾਬ ਨਾਲ ਹੀ ਕੱਪੜੇ ਬਣਾਉਣੇ ਆ ਆਪਣੇ ਕੋਲ, ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸਿਲਾਈ ਆ ਰਹੀ ਹੈ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।